दशम पातशाही श्री गुरु गोविंद सिंह जी महाराज के प्रकाश पर्व के उपलक्ष्य में गुरुद्वारा श्री गुरु सिंह सभा मोहल्ला गोविंदगढ़ से विशाल नगर कीर्तन सजाया गया। ये नगर कीर्तन श्री गुरु ग्रंथ साहिब जी की छत्र छाया और पांच प्यारों की अगुवाई में निकाला गया, जिसमें स्कूली बच्चों, गतका पार्टियों, बैंड पार्टियों ने भाग लेकर अपनी अपनी कला के जौहर दिखाई। इस दौरान संगत ने गुरुवाणी का संचार करते हुए इलाके की परिक्रमा की। ये नगर कीर्तन गुरुद्वारा साहिब से शुरू होकर शहर के अलग अलग भागों से होते हुए वापस गुरुद्वारा साहिब में आकर संपन्न हुआ, तो वहीं संगत ने जगह जगह पुष्प वर्षा कर लंगर लगाकर नगर कीर्तन का भव्य स्वागत किया। इस अवसर पर असंख्य संगत भी मौजूद रही। जालंधर से हलचल के लिए कैमरामैन राजबीर की रिपोर्ट। वाहेगुरु जी का खालसा, वाहेगुरु जी की फतेह। ਅੱਜ ਬਹੁਤ ਹੀ ਖੁਸ਼ੀ ਆ, ਭਲਾ ਦਿਹਾੜਾ। ਅੱਜ ਜਲੰਧਰ ਸ਼ਹਿਰ ਦੀਆਂ ਸਾਰੀਆਂ ਸੰਗਤਾਂ, ਸਿੰਘ ਸੁਭਾਵਾਂ ਇਕੱਤਰ ਹੋ ਕਰਕੇ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆਂ ਇੱਕ ਬਹੁਤ ਹੀ ਮਹਾਨ ਨਗਰ ਕੀਰਤਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਮਹੱਲਾ ਗੋਬਿੰਦਗੜ੍ਹ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਆਰੰਭ ਹੋਇਆ ਸੀ। ਆਪ ਸਾਰੀਆਂ ਸੰਗਤਾਂ ਨੂੰ ਸਾਹਿਬ ਕਮਾਲ ਸਰਬੰਸ ਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਵਤਾਰ ਪ੍ਰਭ ਦੀਆਂ ਬੇਅੰਤ ਬੇਅੰਤ ਵਧਾਈਆਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਪਟਨਾ ਸਾਹਿਬ ਧਰਤੀ ਦੇ ਉੱਤੇ ਅਵਤਾਰ ਧਾਰਿਆ ਸੀ। ਸਤਿਕਾਰ ਜੋ ਸ੍ਰੀ ਗੁਰੂ ਗੋਬਿੰਦ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਗ੍ਰਹਿ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਕੁੱਖ ਨੂੰ ਭਾਗ ਲਾਏ ਸੀ। ਮਹਾਰਾਜ ਦੇ ਬਚਨਿਆਂ ਮੋਰ ਪੁੱਤ ਪੀਰ ਪੀਅਸ ਕਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਮਹਾਰਾਜ ਕਿਰਪਾ ਕੀ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਾਹਿਬ ਵਿਖੇ ਭਵ ਲਇਓ। ਮਹਾਰਾਜ ਦੇ ਬਚਨ ਹਮ ਇਹ ਕਾਜ ਜਗਤ ਮੋਹਾਏ ਧਰਮ ਹੇਤ ਗੁਰਦੇਵ ਪਠਾਏ ਜਾਹੀ ਕਾਜ ਧਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨਮਨ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਰ ਉਪਾਰਨ ਸਤਵੇਂ ਬਖਸ਼ੀ ਕੀਤੀ ਖਾਲਸਾ ਪੰਥ ਦੀ ਸਾਜਨਾ ਕੀਤੀ। ਧਰਮ ਦੀ ਰਾਖੀ ਕਰਨ ਵਾਸਤੇ ਆਪਣੇ ਪਿਤਾ ਜੀ ਨੂੰ ਦਿੱਲੀ ਭੇਜਿਆ ਸੀ ਇਸਦਾ ਬਲੀਦਾਨ ਦੇਣ ਵਾਸਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸਦਕਾ ਸਾਰੇ ਭਾਰਤ ਦੇ ਲੋਕ ਉਸ ਨਿਰੰਕਾਰ ਦੀ ਬੰਦਗੀ ਕਰਦੇ ਆ, ਨਾਮ ਨਾਲ ਜੁੜਦੇ ਆ, ਸਿਮਰਨ ਕਰਦੇ ਆ। ਜਿਸ ਟਾਈਮ ਔਰੰਗਜ਼ੇਬ ਸਭਾ ਮੰਚ ਨੂੰ ਲਾਉਂਦਾ ਸੀ, ਇੰਨਾ ਅੱਤਿਆਚਾਰ ਕਰਦਾ ਸੀ, ਇਹਨੇ ਲੋਕਾਂ ਨੂੰ ਮੁਸਲਮਾਨ ਬਣਾ ਕੇ ਫਿਰ ਸਵੇਰ ਦਾ ਖਾਣਾ ਖਾਂਦਾ ਸੀ। ਇਸ ਗੱਲ ਨੂੰ ਠੱਲ ਪਾਈ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਉਹਨਾਂ ਦੇ ਇਕਲੌਤੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖਾਲਸਾ ਦੀ ਸਾਜਨਾ ਕੀਤੀ। ਜ਼ੁਲਮ ਨੂੰ ਮਿਟਾਉਣ ਵਾਸਤੇ ਮਹਾਰਾਜ ਨੇ 14 ਲੜਾਈਆਂ ਲੜੀਆਂ। ਕੋਈ ਵੀ ਲੜਾਈ ਗੁਰੂ ਸਾਹਿਬ ਵੱਲ ਸ਼ੁਰੂ ਨਹੀਂ ਕੀਤੀ ਗਈ। ਗੁਰੂ ਸਾਹਿਬ ਦੇ ਉੱਤੇ ਚੜ੍ਹ ਕੇ ਲੋਕ ਜਦਵਾਣੇ ਆਉਂਦੇ ਸੀ, ਜ਼ੁਲਮ ਕਰਨ ਵਾਲੇ ਮਹਾਰਾਜ ਮੂਹਰੇ ਜਵਾਬ ਦਿੰਦੇ ਸੀਗੇ ਅਤੇ ਮਹਾਰਾਜ ਕਹਿੰਦੇ ਮੈਂ ਹੂੰ ਪਰਮ ਦਾਸਾ ਦੇਖਣ ਆਇਓ ਜਗਤ ਤਮਾਸ਼ਾ, ਸਤਵਾਂ ਬਖਸ਼ਿਸ਼ ਕੀਤਾ ਸਾਨੂੰ ਅੰਮ੍ਰਿਤ ਦੀ ਰਾਤ ਅੰਮ੍ਰਿਤ ਛਕੀਏ, ਜਾਂ ਤਾਂ ਗੁਰਸਿੱਖਾਂ ਦੇ ਘਰ ਦਾ ਜਨਮਿਆ ਕੇਸ ਨਾ ਕੱਟੀਏ, ਅੰਮ੍ਰਿਤ ਛਕੀਏ ਕੇਸ ਕੰਘਾ ਕੜਾ ਕਿਰਪਾਨ ਕਿਸ਼ਾਰਾ ਧਾਰਨ ਕਰੀਏ ਅਤੇ ਚਾਰ ਵਜੇ ਕਹਿੰਦਾ ਬਚੀਏ ਵੀ ਰੋਮਾਂ ਦੀ ਬੇਦਬੀ ਨਹੀਂ ਕਰਨੀ, ਕੇਸ ਨਹੀਂ ਕੱਟਣੇ, ਜਗਤ ਤੂੰ ਤੰਬਾਕੂ ਨਸ਼ਾ ਨਹੀਂ ਵਰਤਣਾ, ਮੀਟ ਆਂਡਾ ਮੱਛੀ ਸ਼ਰਾਬ ਵਿੱਚ ਨਹੀਂ ਵਰਤਣੀਆਂ,
ਆਦਤਾਂ ਤੇ ਪਾਦਤਾਂ ਦਾ ਤਿਆਗ ਰੱਖਣਾ। ਗਰੀਬ ਮਹਾਰਾਜ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਸਮਾਂ ਬਾਕੀ ਕੀਤਾ ਮਨੁੱਖਾਂ ਦੇ ਬਹੁਤ ਹੀ ਚੰਗਾ ਕਰਮਾ ਮਿਲੀ ਹੈ। ਸਫਲ ਬਣਾਉਣ ਵਾਸਤੇ ਗੁਰੂ ਵਾਲੇ ਬਣੀਏ, ਦੂਜੇ ਬੱਚਿਆਂ ਨਾਲ ਪਿਆਰ ਕਰੀਏ, ਉਹਨਾਂ 'ਚ ਕਦੇ ਖਿਮਾ ਇਹ ਦੈਨਿਕ ਸੇਵਾ ਸਵੇਰ ਵਾਲੇ ਆਪਣੀ ਮਿਹਨਤ ਕਰ ਰਹੇ ਸੰਗਤਾਂ ਸੁਣਾਉਣ ਵਾਸਤੇ ਮਾਤਾ ਕਿਰਪਾ ਕਰਦੇ ਹਾਂ, ਸੇਵਾ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਵੇਰੇ ਉਸ ਤੋਂ ਚੱਲ ਕੇ SG ਕਾਲਜ ਰੋਡ, ਰੇਲਵੇ ਸਟੇਸ਼ਨ ਵਾਲੀ ਰੋਡ, ਮੰਡੀ ਫੈਂਟਨਗੰਜ, ਹੁਣ ਗੁਰਦੁਆਰਾ ਦੀਵਾਨ ਅਸਾਨ, ਉਪਰੰਤ ਮਿਲਾਪ ਚੌਂਕ, ਫਗਵਾੜਾ ਗੇਟ, ਫਗਵਾੜਾ ਗੇਟ ਤੋਂ ਭਗਤ ਸਿੰਘ ਚੌਂਕ, ਭਗਤ ਸਿੰਘ ਚੌਂਕ ਤੋਂ ਖਿੰਗਰਾ ਗੇਟ, ਖਿੰਗਰਾ ਗੇਟ ਤੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਉਸ ਤੋਂ ਬਾਅਦ ਮਾਹੀਰਾ ਗੇਟ, ਮਾਹੀਰਾ ਗੇਟ ਤੋਂ ਪਟੇਲ ਚੌਂਕ, ਪਟੇਲ ਚੌਂਕ ਤੋਂ ਬਾਅਦ ਸਿੱਧਾ ਜੋਤੀ ਚੌਂਕ, ਜੋਤੀ ਚੌਂਕ ਤੋਂ ਅੰਦਰ ਰੈਣਕ ਬਾਜ਼ਾਰ, ਨਿਆਂ ਬਾਜ਼ਾਰ, ਮਿਲਾਪ ਚੌਂਕ ਤੋਂ ਰਾਤ ਨੂੰ ਵਾਪਿਸ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਏ। ਕੀ ਖਾਸ ਪ੍ਰਬੰਧ ਕੀਤੇ ਗਏ ਸਿੱਖ ਸੰਗਤ ਜਿਹੜੀ ਦੂਰੋਂ ਦੁਰਾਡੇ ਚੱਲ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਈ? ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ, ਜੋ ਆਪ ਜੀ ਦੇਖ ਹੀ ਰਹੇ ਹੋ, ਮਕਸੂਦਾਂ ਤੋਂ ਨਾਲ ਦੇ ਇਲਾਕਿਆਂ ਦੇ ਵਿੱਚੋਂ ਸਾਰੇ ਪਾਸਿਓ ਸੰਗਤਾਂ ਪਹੁੰਚ ਰਹੀਆਂ ਹਨ ਹੌਲੀ ਹੌਲੀ। ਤੇ ਸਵੇਰੇ ਥੋੜਾ ਜਿਹਾ ਲੇਟ ਸਰਦੀ ਕਰਕੇ ਲੋਕਾਂ ਦਾ ਆਪਣਾ ਹੀ ਥੋੜਾ ਜਿਹਾ ਲੇਟ ਹੋ ਗਿਆ, ਪਰ ਅੱਧਾ ਪੌਣਾ ਘੰਟਾ ਪਰ ਅਸੀਂ ਉਸਨੂੰ ਇੱਥੇ ਕਵਰ ਕਰ ਲਿਆ ਹੋਇਆ। ਰਸਤੇ ਦੇ ਵਿੱਚ ਅਸੀਂ ਜੋ ਨਗਰ ਕੀਰਤਨ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਔਰ ਹੋਰ ਸਲੋਗਨ ਵਗੈਰਾ ਫਲੈਕਸ ਬੋਰਡਸ 'ਤੇ ਲਗਾ ਕੇ ਜਾਂ ਝਾਂਕੀਆਂ ਦੇ ਰੂਪ ਦੇ ਵਿੱਚ, ਜਿੱਦਾਂ ਕਰਤਾਰਪੁਰ ਸਾਹਿਬ ਦੀ ਦੇਖ ਵਾਲੀ ਕਿਰਪਾਨ, ਉਹ ਇਹ ਸਾਰੀਆਂ ਚੀਜ਼ਾਂ ਵਿੱਚ ਲਿਆਉਂਦੀਆਂ ਤਾਂ ਜੋ ਸੰਗਤਾਂ ਇਹ ਸਾਰੀਆਂ ਚੀਜ਼ਾਂ ਦੇ ਦਰਸ਼ਨ ਕਰਨ ਔਰ ਗੁਰੂ ਸਾਹਿਬ ਦੇ ਜਿਹੜੇ ਦਿੱਤੇ ਉਪਦੇਸ਼ ਹਨ ਉਹਨਾਂ 'ਤੇ ਚੱਲ ਕੇ ਆਪਣਾ ਜੀਵਨ ਸਫਲ ਕਰ। ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਹਾੜੇ 'ਤੇ ਲੱਖ ਲੱਖ ਵਧਾਈਆਂ। ਅੱਜ ਇਹ ਨਗਰ ਕੀਰਤਨ, ਪੁਰਾਤਨ ਨਗਰ ਕੀਰਤਨ ਜਿਹੜਾ ਕਿ 100 ਕਾਫੀ ਦਿਨਾਂ ਤੋਂ ਚੱਲ ਰਿਹਾ ਹੈ, ਇਹ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਇਹ ਸਾਰੇ ਸ਼ਹਿਰ ਦੀ ਪਰਿਕਰਮਾ ਕਰਨ ਤੋਂ ਬਾਅਦ ਇਹ ਦੀਵਾਨ ਅਸਥਾਨ ਗੁਰੂ ਘਰ ਦੇ ਵਿੱਚ ਇਹਦੀ ਸਮਾਪਤੀ ਹੋਣੀ ਆ। ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ। ਅੱਜ ਸਾਰੇ ਸ਼ਹਿਰ ਦੇ ਵਿੱਚ ਗੁਰਬਾਣੀ ਦਾ ਨਿਰਲੇਪ ਵਿਚਾਰਾ ਹੋਣ ਰਹੀਆਂ ਆ। ਸਾਰੀਆਂ ਸੰਗਤਾਂ ਅੱਜ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੰਗਰ ਲਗਾ ਕੇ ਸਾਰੇ ਇਸ ਸੰਗਤ ਤੋਂ ਅੱਜ ਦੇ ਦਿਨ ਦਾ ਲਾਹਾ ਲੈ ਰਹੇ ਹਨ। 17 ਤਰੀਕ ਨੂੰ ਜਗਤ ਦੇ ਵਿੱਚ, ਸਾਰੇ ਜਗਤ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਅੱਜ ਇਹ ਜਿਹੜਾ ਨਗਰ ਕੀਰਤਨ ਆ, ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ, ਪਾਲਕੀ ਸਾਹਿਬ ਦੀ ਸੇਵਾ ਦੇ ਵਿੱਚ ਜਿਹੜੇ ਚੌਰ ਸਾਹਿਬ ਦੀ ਸੇਵਾ ਕਰਦੇ ਆ ਸੰਤ ਚੌਹਾਂ ਵਾਲੇ, ਜਿਹੜੇ ਕਿ ਉਹ ਉੱਤੇ ਬਿਰਾਜਮਾਨ ਆ, ਤੇ ਸੰਗਤਾਂ ਅੱਜ ਦਾ ਇਸ ਦਿਨ ਦਾ ਆਨੰਦ ਮਾਣਦੀਆਂ। ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਤੇ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।